ਪੁਲਿਸ ਨੇ ਖਾਲਿਸਤਾਨ ਸਮਰਥਕ ਗੁਰਦੇਵ ਸਿੰਘ ਨੂੰ ਬੱਸ ਸਟਾਪ ਤੋਂ 3 ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ ਦੇ ਨਾਲ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਜਿਸ ਨੂੰ ਲੈ ਕੇ ਗੁਰਦੇਵ ਸਿੰਘ ਦੀ ਪਿੰਡ ਦੀ ਪੰਚਾਇਤ ਅਤੇ ਪਰਿਵਾਰ ਦੇ ਮੁਤਾਬਕ ਗੁਰਦੇਵ ਨੂੰ ਪੁਲਿਸ ਨੇ ਰੋਡ ਤੋਂ ਸੈਰ ਕਰਦੇ ਹੋਏ ਚੁੱਕਿਆ ਤੇ ਉਹਨਾਂ ਨੇ ਪੁਲਿਸ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਗੁਰਦੇਵ ਸਿੰਘ ਨੂੰ ਝੂਠਾ ਕੇਸ 'ਚ ਫਸਾਇਆ ਜਾ ਰਿਹਾ ਹੈ ਉੱਥੇ ਗੁਰਦੇਵ ਸਿੰਘ ਦੇ ਭਰਾ ਦਾ ਕਹਿਣਾ ਹੈ ਕਿ 2018 'ਚ ਪੰਜਾਬ ਪੁਲਿਸ ਨੇ ਗੁਰਦੇਵ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ ਤੇ ਪੰਜਾਬ 'ਚ ਵੱਡੀ ਅੱਤਵਾਦੀ ਘਟਨਾ ਕਰਨ ਦਾ ਆਰੋਪ ਲਾਇਆ ਸੀ ਪਰ ਉਸ ਵੇਲੇ ਗੁਰਦੇਵ ਸਿੰਘ ਨੂੰ ਝੂਠੇ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ 'ਚ ਗੁਰਦੇਵ ਨੂੰ ਜ਼ਮਾਨਤ ਮਿਲ ਗਈ ਸੀ ਤੇ ਕੱਲ ਫਿਰ ਤੋਂ ਪੁਲਿਸ ਨੇ ਬੇਲ ਤੇ ਆਏ ਗੁਰਦੇਵ ਸਿੰਘ ਨੂੰ ਪਿੰਡ ਤੋਂ ਹੀ ਚੁੱਕ ਕੇ ਲੈ ਗਈ ਹੈ ਗੁਰਦੇਵ ਦੇ ਭਰਾ ਦਾ ਕਹਿਣਾ ਹੈ ਕਿ ਪੂਰੇ ਪਿੰਡ ਦੇ ਸਾਹਮਣੇ ਪੁਲਿਸ ਨੇ ਗੁਰਦੇਵ ਨੂੰ ਗ੍ਰਿਫਤਾਰ ਕੀਤਾ ਹੈ ਤੁਹਾਡੇ ਬ੍ਰਦਰ ਜਿਹੜਾ ਹੈ ਹਾਂਜੀ ਹਾਂਜੀ ਉਸ ਨਾਲ ਜਿਹੜਾ ਹੈ ਪੁਲਿਸ ਦੁਆਰਾ ਤੋਂ ਚੱਕਿਆ ਗਿਆ ਹਾਂਜੀ ਪਹਿਲਾਂ ਵੀ ਉਸ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਕੀ ਲੱਗਦਾ ਕਿ ਜਿਹੜਾ ਪੁਲਿਸ ਉਹਦੇ ਨਾਲ ਜਿਹੜਾ ਧੱਕਾ ਕਰ ਰਹੀ ਹੈ ਹਰ ਧੱਕਾ ਕਰ ਰਹੀ ਹੈ ਪਹਿਲਾਂ ਵੀ ਇਹਨਾਂ ਉਹਦੇ ਕੋਲੋਂ ਕੁਝ ਨਹੀਂ ਫੜ ਹੋਇਆ ਖਾਲੀ ਉੱਥੋਂ ਲੈ ਕੇ ਆਇਆ ਫੜ ਕੇ ਇਹ ਤੇ ਦੇਖੋ ਉਹਦੇ 'ਚ ਜੇ ਇਹਨੇ ਕੋਈ ਪਾਇਆ ਹੁੰਦਾ ਤੇ ਉਹ 'ਤੇ ਫੜ ਹੁੰਦਾ ਉਹਦੇ ਕੋਲ ਉਹਨੂੰ ਜਵਾਨ 'ਤੇ ਨਹੀਂ ਸੀ ਮਿਲਣੀ ਅਤੇ ਉਹ ਥੱਲਿਓਂ ਜਵਾਨਤ ਹੋਈ ਆ ਸਭ ਕੁਝ ਠੀਕ ਚੱਲਣ ਦਿਆ ਇਹ ਕਹੀ ਜਾਂਦੇ ਆ ਤਰੀਕੇ ਨੂੰ ਜਿਹੜਾ ਪੀਏ ਹੋਇਆ ਸੀਗਾ ਪਿੰਡੋਂ ਇਹ ਨਹੀਂ ਬੰਦਾ ਖੜਿਆ ਚੱਕ ਕੇ ਹੁਣ ਵੀ ਦੂਜੀ ਵਾਰੀ ਇਹ ਕਹਿੰਦੇ ਆ ਜਲੰਧਰੋਂ ਅਸੀਂ 3 ਲੱਖ ਰੁਪਈਆ ਕਰੰਸੀ ਫੜੀ ਆ ਸ਼ੋਅ ਕਰਨ ਦਾ ਕਿਹੜੇ ਕਿੱਥੋਂ ਫੜਿਆ ਸਾਰਾ ਪਿੰਡ ਗਵਾਹ ਆ ਪੰਚਾਇਤ ਮੈਂਬਰ ਵੀ ਦੋ ਸਾਡੇ ਸਰਪੰਚ ਵੀ ਆ ਅਤੇ ਇੱਥੋਂ ਘਰੋਂ ਲੈ ਕੇ ਗਏ ਆ ਇਹ 8 ਵਜੇ ਤੁਹਾਡੇ ਬ੍ਰਦਰ ਜਿਹੜਾ ਇੱਕ ਜਰਮਨ 'ਚ ਰਹਿ ਰਿਹਾ ਉਹਦੇ ਉੱਤੇ ਤਕਰੀਬਨ ਜਿਹੜਾ ਉਹਦਾ ਨਾਮ ਆਉਂਦਾ ਕਿ ਉਹ ਸਾਰੀ ਜਿਹੜੀ ਮੂਵਮੈਂਟ ਨੂੰ ਚਲਾ ਰਿਹਾ ਉੱਥੋਂ ਬੈਠੇ ਹੋਏ ਕੀ ਲੱਗਦਾ ਕਿ ਉਹ ਇਸ ਨੈਕਸਸ ਨੂੰ ਬੜਾਵਾ ਦੇਵੇ ਬਿਲਕੁਲ ਸਰ ਉਹ ਕਹਿੰਦਾ ਝੂਠੀ ਗੱਲ ਆ ਮਾਤਾ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦਾ ਕੋਈ ਮੇਰੀ ਬੰਦਿਆਂ ਨਾਲ ਇਹਨਾਂ ਨਾਲ ਗੱਲ ਨਹੀਂ ਹੋਈ ਜੋ ਕੋਈ ਮੈਨੂੰ ਜਾਣਦੇ ਨਹੀਂ ਨਾ ਇਹ ਬੁੱਝਦੇ ਆ ਜਿਹੜੇ ਫੜ ਹੋਏ ਹਾਂਜੀ ਕੀ ਕਹਿਣਾ ਚਾਹੁੰਦੇ ਨਜਾਇਜ਼ ਹੀ ਧੱਕਾ ਹੋ ਰਿਹਾ ਬਿਲਕੁਲ ਉੱਥੇ ਪਿੰਡ ਦਾ ਸਰਪੰਚ ਦਾ ਕਹਿਣਾ ਹੈ ਕਿ ਗੁਰਦੇਵ ਸਿੰਘ ਨੂੰ ਪੁਲਿਸ ਨੇ ਉਸਦੇ ਸਾਹਮਣੇ ਗ੍ਰਿਫਤਾਰ ਕੀਤਾ ਜਦਕਿ ਉਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਸੀ ਤੇ ਉਹਨਾਂ ਪੁਲਿਸ ਤੇ ਝੂਠਾ ਕੇਸ ਪਾ ਕੇ ਗੁਰਦੇਵ ਨੂੰ ਫਸਾਉਣ ਦੇ ਇਲਜ਼ਾਮ ਵੀ ਲਗਾਏ ਨੇ ਤੇਰੇ ਸਿੰਘ ਜੀ ਤੁਹਾਡੇ ਪਿੰਡ ਦਾ ਨੌਜਵਾਨ ਹਰਦੇਵ ਸਿੰਘ ਨੂੰ ਪੁਲਿਸ ਦੁਆਰਾ ਇੱਥੋਂ ਲੈ ਕੇ ਗਈ ਆ ਕੀ ਇਹ ਪੂਰਾ ਲੱਗਦਾ ਤੁਹਾਨੂੰ ਕੀ ਲੱਗਦਾ ਹੈ ਮੇਰੇ ਸਾਹਮਣੇ ਖੜਿਆ ਜੀ ਮੈਂ ਵੇਲੇ ਖੁਦ ਇੱਥੇ ਸੀ ਹਾਂ ਹਾਂਜੀ ਹਾਂਜੀ ਆਹੋ ਕਾਲੀ ਗੱਡੀ ਸੀ ਨਾ ਕੋ ਇੱਕ ਸੀਗੀ ਜੀ ਇੱਕ ਬਲੈਰੋ ਸੀਗੀ ਹਾਂਜੀ ਬਲੈਰੋ ਸੀ ਇੱਕ ਕਾਲੀ ਗੱਡੀ ਸੀ ਤੇ ਮੇਰੇ ਸਾਹਮਣੇ ਖੜਿਆ ਜੀ ਬਿਲਕੁਲ ਨਜਾਇਜ਼ ਨਹੀਂ ਕੀਤਾ ਜਿਹੜਾ ਕੇਸ ਪਾਤਾ ਉੱਥੋਂ ਫੜਿਆ ਗਲਤ ਕੰਮ ਦਾ ਸਾਰਾ ਜੀ ਟਾਂਡਾ ਤੋਂ ਰਵਿੰਦਰ ਸਿੰਘ ਦੀ ਰਿਪੋਰਟ ਦੈਨਿਕ ਸਵੇਰਾ ਟੀਵੀ